ਇਹਨਾਂ ਦਿਨਾਂ ਦੇ ਵਿੱਚ ਪੰਜਾਬੀ ਕਲਾਕਾਰ ਦਿਲਪ੍ਰੀਤ ਢਿੱਲੋਂ ਕਾਫੀ ਚਰਚਾ ਦੇ ਵਿੱਚ ਨੇ ਤੇ ਚਰਚਾ ਵੀ ਇੱਕ ਮਾੜੇ ਕਾਰਨ ਕਰਕੇ ਹੈ। ਚਰਚਾ ਦਾ ਕਾਰਨ ਉਹਨਾਂ ਦੀ ਆਪਣੀ ਹੀ ਘਰ ਵਾਲੀ ਦੇ ਨਾਲ ਪਿਆ ਹੋਇਆ ਵਿਵਾਦ ਹੈ ਜਿਸ ਦੇ ਵਿੱਚ ਬਹੁਤ ਸਾਰੇ ਇਲਜ਼ਾਮ ਲੱਗ ਰਹੇ ਆ। ਕੀ ਇਹਨਾਂ ਇਲਜ਼ਾਮਾਂ ਦੇ ਵਿੱਚ ਸੱਚਾਈ ਹੈ ਜਾਂ ਕਿੰਨੇ ਕੁ ਇਲਜ਼ਾਮ ਝੂਠੇ ਨੇ, ਇਹਨਾਂ ਸਾਰਿਆਂ ਤੇ ਅਸੀਂ ਗੱਲ ਕਰਾਂਗੇ। ਸਾਡੇ ਨਾਲ ਨੇ ਐਡਵੋਕੇਟ ਹਰਮੀਤ ਕੌਰ ਬਰਾੜ, ਜਿਹੜੇ ਕਿ ਅੰਬਰ ਧਾਲੀਵਾਲ ਜਿਹੜੇ ਦਿਲਪ੍ਰੀਤ ਢਿੱਲੋਂ ਦੇ ਵਾਈਫ ਆ ਉਹਨਾਂ ਦਾ ਕੇਸ ਲੜ ਰਹੇ ਆ, ਸਾਡੇ ਨਾਲ ਗੱਲਬਾਤ ਲਈ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਜੀ ਹਰਮੀਤ ਜੀ ਤੁਹਾਡਾ। ਸ਼ੁਕਰੀਆ ਨਵਰੀਤ, ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਮੇਰੇ ਵੱਲੋਂ ਤਹਿ ਦਿਲੋਂ ਸਤਿਕਾਰ ਜੀ। ਹਰਮੀਤ ਜੀ, ਜਿਹੜੇ ਕੇਸ ਆਇਆ ਗਾ ਇਹਦੇ ਵਿੱਚ ਦਿਲਪ੍ਰੀਤ ਢਿੱਲੋਂ ਦੇ ਉੱਤੇ ਤੁਹਾਡੇ ਕਲਾਇੰਟ ਵੱਲੋਂ ਕਿਹੜੇ ਜਿਹੜੇ ਇਲਜ਼ਾਮ ਆ ਉਹ ਲਾਏ ਗਏ ਆ? ਦੇਖੋ, ਦਿਲਪ੍ਰੀਤ ਢਿੱਲੋਂ ਇੱਕ ਸਿੰਗਰ ਹੈ, ਹਨਾ, ਫੇਮਸ ਸਿੰਗਰ। ਐਕਚੁਅਲੀ ਇਹਦੇ ਨਾਮ ਮੈਨੂੰ ਇਸ ਬਾਰੇ ਪਤਾ ਨਹੀਂ ਸੀ ਪਹਿਲਾਂ, ਲੇਕਿਨ ਜਦੋਂ ਪਰਿਵਾਰ ਨੇ ਮੇਰੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਮੈਨੂੰ ਇਸ ਬਾਰੇ ਦੱਸਿਆ। ਔਰ ਉਹ ਲੜਕੀ ਹੈ ਜਿਹੜੀ ਅੰਬਰ ਢਿੱਲੋਂ, ਉਹ ਮਤਲਬ ਇਹਦੀ ਦਿਲਪ੍ਰੀਤ ਦੀ ਥਰਡ ਵਾਈਫ ਹੈ ਬੇਸਿਕਲੀ। ਅੱਛਾ, ਮੈਨੂੰ ਹੁਣ ਪਤਾ ਲੱਗਿਆ ਕਿ ਉਹਦੀ ਸੈਕਿੰਡ ਵਾਈਫ ਜਾਂ ਸ਼ਾਇਦ ਫਸਟ ਵਾਈਫ ਵੱਲੋਂ ਵੀ ਇਹੋ ਜਿਹੇ ਹੀ ਐਲੀਗੇਸ਼ਨ ਲਾਏ ਗਏ ਸੀ। ਉਹ ਵੀ ਕੋਈ ਕੇਸ ਸ਼ਾਇਦ ਹਾਈਲਾਈਟ ਹੋਇਆ ਸੀ, ਮੈਨੂੰ ਥੋੜਾ ਜਿਹਾ ਪਤਾ ਲੱਗਿਆ ਸੀ ਤਾਂ, ਉਹਦੇ ਬਾਰੇ ਮੈਂ ਜ਼ਿਆਦਾ ਨਹੀਂ ਜਾਣਦੀ। ਤਾਂ ਇਸ ਵੇਲੇ ਜਿਹੜੀ ਪ੍ਰੋਬਲਮ ਇਸ ਵੇਲੇ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਇੱਕ ਤਾਂ ਐਕਸਟਰਾ ਮੈਰਿਟਲ ਅਫੇਅਰਸ ਬਹੁਤ ਇਸ ਬੰਦੇ ਦੇ ਸਾਹਮਣੇ ਆਏ ਨੇ। ਉਹਦਾ ਰੀਜ਼ਨ, ਉਹਦੇ ਚ ਕੁੜੀਆਂ ਆਪ ਸਾਹਮਣੇ ਆਈਆਂ ਆ ਜੀ, ਕੋਈ ਮੂਵਮੈਂਟ ਚਲਾ ਰਹੀ ਹੈ ਲੜਕੀ ਕੈਨੇਡਾ ਤੋਂ, ਉਹਦੇ ਨਾਲ ਸੰਪਰਕ ਕੀਤਾ ਹੈ, ਉਹ ਚਲਾ ਹੀ ਇਹਦੇ ਤੇ ਰਹੀ ਹੈ ਸੈਕਸ਼ੁਅਲ ਹਰਾਸਮੈਂਟ ਵਗੈਰਾ ਤੇ। ਦੂਜੀ ਗੱਲ ਇਹ ਹੈ ਕਿ ਉਹ ਮਾਰ ਕੁੱਟਦਾ, ਹਨਾ, ਡੋਮੈਸਟਿਕ ਵਾਇਲੈਂਸ ਦਾ ਕੇਸ ਜਿਹੜਾ ਉਹ ਆਇਆ ਕਿ ਉਹ ਲੜਕੀ ਨੇ ਆਪਦੀਆਂ ਜਿਹੜੀਆਂ ਤਸਵੀਰਾਂ ਮੈਨੂੰ ਵੀ ਭੇਜੀਆਂ, ਕੁਛ ਵੀਡੀਓ ਰਿਕਾਰਡਿੰਗ ਵੀ ਭੇਜੀਆਂ, ਕੁਛ ਪਬਲਿਕ ਵੀ ਕੀਤੀਆਂ ਨੇ ਜਿਹੜੀਆਂ ਕਿ ਤਾਂ ਕਿ ਇਹਨਾਂ ਲੋਕਾਂ ਦੇ ਚਿਹਰੇ ਜਿਹੜੇ ਆ ਉਹ ਸਾਹਮਣੇ ਆ ਸਕਣ। ਔਰ ਘੱਟੋ ਘੱਟ ਹੋਰ ਕੁੜੀਆਂ, ਜਿਵੇਂ ਇੱਕ ਅੰਬਰ 19 ਸਾਲ ਦੀ ਲੜਕੀ ਸੀ, ਹਨਾ, ਬਹੁਤ ਛੋਟੀ ਉਮਰ ਸੀ, ਉਹ ਡਿਫਰੈਂਸ਼ੀਏਟ ਹੀ ਨਹੀਂ ਕਰ ਪਾਈ ਕਿ ਇੱਕ ਬੰਦਾ ਜਿਹੜਾ ਥਰਡ ਟਾਈਮ ਮੈਰਿਜ ਕਰਵਾ ਰਿਹਾ ਐਟਲੀਸਟ ਉਹਦਾ ਪਿਛੋਕੜ ਜਾਣ ਸਕਦੀ। ਤਾਂ ਮਤਲਬ ਇੱਕ ਸਟਾਰਡਮ ਦੇ ਚੱਕਰ ਚ ਆਈ ਕੈਨ ਸੇ ਕਿ ਇੱਕ ਲੜਕੀ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ। ਔਰ ਹੋਰ ਅਸੀਂ ਆਪਣੇ ਯੂਥ ਨੂੰ ਪਤਾ ਨਹੀਂ ਕੀ ਕਿਵੇਂ ਦੇ ਮੈਸੇਜਸ ਦੇ ਰਹੇ ਹਾਂ ਜਾਂ ਕਿੰਨੇ ਸਟਰੋਂਗ ਬਣਾ ਰਹੇ ਹਾਂ ਕਿ ਉਹ ਇੱਕ ਸੈਲੀਬ੍ਰਿਟੀ ਹੋਣ ਦੇ ਸੀਨ ਦੇ ਵਿੱਚ ਹੀ ਉਹ ਕਿਤੇ ਵੀ ਭਟਕ ਜਾਂਦੇ ਆ। ਔਰ ਉਹ ਮਤਲਬ ਇੱਕ ਸਟਾਰਡਮ ਜਿਹੜਾ ਹੈ ਨਾ ਉਹਨਾਂ ਨੂੰ ਅਟਰੈਕਟ ਕਰ ਰਿਹਾ ਇਸ ਵੇਲੇ ਬੇਸਿਕਲੀ ਆਹ ਕੇਸਿਸ। ਆਪਾਂ ਇਸ ਗੱਲ ਤੇ ਵੀ ਆਵਾਂਗੇ ਹਰਮੀਤ ਜੀ, ਕੀ ਪਰ ਹੋਰ ਵੀ ਕੋਈ ਕੁੜੀਆਂ ਸਾਹਮਣੇ ਆਈਆਂ ਜਿਨ੍ਹਾਂ ਨੇ ਕਿਹਾ ਹੋਵੇ ਕਿ ਸਾਡੇ ਨਾਲ ਵੀ ਇਸ ਤਰ੍ਹਾਂ ਦਾ ਕੋਈ ਲਾਰੇਬਾਜ਼ੀ ਹੈ ਜਿਹੜੀ ਉਹਨਾਂ ਨੂੰ ਲਾਈ ਗਈ ਹੋਵੇ, ਜਾਂ ਇਹਦੀ ਇੱਕ ਜੜ ਹੈ? ਇਹ ਦੱਸੀ ਜਾ ਰਹੀ ਹੈ ਕਿ ਇੱਕ ਹੋਰ ਅਫੇਅਰ ਹੈ ਜਿਹੜਾ ਉਹ ਇਹਦੀ ਜੜ ਸੀ। ਨਹੀਂ, ਇੱਕ ਹੋਰ ਅਫੇਅਰ ਨਹੀਂ, ਕਈ ਹੋਰ ਅਫੇਅਰ ਜੀ, ਹਨਾ, ਇੱਕ ਨਹੀਂ, ਕਾਫੀ ਅਫੇਅਰ ਸੀ। ਇੱਕ ਮਤਲਬ ਸਿਆਟਲ ਦੇ ਵਿੱਚ ਇਹ ਐਕਚੁਅਲੀ ਮਿਲੇ ਸੀ, ਮੇਰੇ ਖਿਆਲ ਰਾਜਸਥਾਨ ਦੀ ਕਿਸੇ, ਰਾਜਸਥਾਨ ਚ ਕਿਸੇ ਮੈਰਿਜ ਸੀ, ਅੰਬਰ ਦੀ ਫੈਮਿਲੀ ਫਰੈਂਡ ਫੈਮਿਲੀ ਸੀ ਕੋਈ, ਕਜ਼ਨ ਵਗੈਰਾ ਦੀ ਕਿਸੇ ਦੀ ਮੈਰਿਜ ਸੀ, ਔਰ ਇਹ ਬੀਂਗ ਅ ਸਿੰਗਰ ਉੱਥੇ ਗਿਆ ਸੀ, ਉੱਥੇ ਮਿਲੇ ਸੀ। ਉਸ ਤੋਂ ਬਾਅਦ ਇਹ ਸਿਆਟਲ ਸ਼ੋਅ ਕਰਨ ਗਿਆ ਕੋਈ, ਉੱਥੇ ਇਹਨੇ ਅੰਬਰ ਨੂੰ ਬੁਲਾਇਆ ਮਿਲਣ ਲਈ, ਔਰ ਇੱਕ ਲੜਕੀ ਹੋਰ ਬੁਲਾਈ ਕੈਲਗਰੀ ਤੋਂ, ਮਤਲਬ ਦੋਨੋਂ ਨੂੰ ਬੁਲਾ ਰਿਹਾ, ਉਹ ਇੱਕੋ ਟੇਬਲ ਤੇ, ਕਦੇ ਉਸ ਟੇਬਲ ਤੇ ਉਹਨੂੰ ਮਿਲਣ ਜਾ ਰਿਹਾ, ਕਦੇ ਦੂਜੇ ਟੇਬਲ ਤੇ ਉਹਨੂੰ ਮਿਲਣ ਜਾ ਰਿਹਾ। ਔਰ ਉਹ ਕੁੜੀ ਨਾਲ ਜਿਹੜੀ ਕੈਲਗਰੀ ਵਾਲੀ ਕੁੜੀ ਸੀ ਉਹਦੇ ਨਾਲ ਪ੍ਰੋਮਿਸ ਕਰ ਰਿਹਾ ਕਿ ਮੈਂ ਤੇਰੇ ਨਾਲ ਫੈਬਰੀ ਚ ਵਿਆਹ ਕਰਾਊਂਗਾ, ਲੇਕਿਨ ਉਹ ਜਨਵਰੀ ਚ ਹੀ ਅੰਬਰ ਨਾਲ ਮੈਰਿਜ ਕਰਵਾ ਲੈਂਦਾ। ਇਹ ਚੀਜ਼ ਉਹ ਕੈਲਗਰੀ ਵਾਲੀ ਕੁੜੀ ਨੇ ਲੇਟਰ ਅੰਬਰ ਨਾਲ ਸੰਪਰਕ ਕਰਕੇ ਉਹਨੂੰ ਬਾਅਦ ਚ ਦੱਸੀ ਹੈ। ਮਤਲਬ ਠੀਕ ਹੈ, ਉਦੋਂ ਉਹਨੂੰ ਪਤਾ ਨਹੀਂ ਸੀ ਰਾਦਰ ਕਿ ਇਹੋ ਜਿਹੇ ਇਹ ਸਰਕਮਸਟਾਂਸਸ ਹੈਗੇ ਆ ਜਾਂ ਇਹੋ ਜਿਹਾ ਕੁਛ ਚੱਲ ਰਿਹਾ, ਲੇਕਿਨ ਬਾਅਦ ਚ ਉਹਨੂੰ ਜਲਦੀ ਹੋਈ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਸੀ। ਲੇਕਿਨ ਜਦੋਂ ਗੱਲ ਡੋਮੈਸਟਿਕ ਵਾਇਲੈਂਸ ਤੱਕ, ਮਾਰਕੁੱਟ ਤੱਕ ਪਹੁੰਚੀ, ਤਾਂ ਨੈਚੁਰਲੀ ਦੇਖੋ ਕੋਈ ਵੀ ਬੰਦਾ ਇਹ ਤੁਹਾਨੂੰ ਐਟਲੀਸਟ ਬਰਦਾਸ਼ਤ ਕਰ ਸਕਦਾ ਜੀ। ਬਿਲਕੁਲ ਬਿਲਕੁਲ, ਕੋਈ ਬਰਦਾਸ਼ਤ ਕਰਨਾ ਵੀ ਨਹੀਂ ਚਾਹੀਦਾ ਜੇ ਜਿੱਥੋਂ ਤੱਕ ਡੋਮੈਸਟਿਕ ਵਾਇਲੈਂਸ ਦੀ ਗੱਲ ਹੈ। ਪਰ ਜਿਹੜੀ ਇਹ ਹੋਰ ਕੁੜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕੈਲਗਰੀ ਦੀ ਤੂੰ ਕੁੜੀ ਹੈ, ਜਾਂ ਇਹ ਜਿਹੜੇ ਹੁਣ ਇਹਨਾਂ ਦੀ ਵਾਈਫ ਵੱਲੋਂ ਇਲਜ਼ਾਮ ਲਾਏ ਗਏ ਆ, ਤੁਹਾਡਾ ਜਿਹੜਾ ਮੁੱਖ ਆਧਾਰ ਹੈ ਇਸ ਸਮੇਂ, ਜਿਹੜਾ ਬੇਸ ਹੈ, ਉਹ ਡਿਵੋਰਸ ਦੇ ਵੱਲ ਹੈ ਜਾਂ ਫਿਰ ਤੁਸੀਂ ਇਸ ਕੇਸ ਨੂੰ ਅੱਗੇ ਵੀ ਲਿਜਾਣਾ ਚਾਹੁੰਦੇ ਹੋ? ਦੇਖੋ, ਜਿਹੜੀ ਅੰਬਰ ਵੱਲੋਂ ਇਸ ਵੇਲੇ ਡਿਵੋਰਸ ਦਾ ਹੀ ਹੈ, ਮਤਲਬ ਉਹ ਡਿਵੋਰਸ ਹੀ ਚਾਹੁੰਦੀ ਹੈ, ਲੇਕਿਨ ਇਹ ਹੈ ਕਿ
ਇਹੋ ਜਿਹੇ ਬੰਦੇ ਨੂੰ ਸਬਕ ਸਿਖਾਉਣਾ ਵੀ ਜ਼ਰੂਰੀ ਹੁੰਦਾ ਹੈ ਨਾ। हाँ ਨੋ ਡਾਊਟ ਜਦੋਂ ਬੰਦਾ ਬਹੁਤ ਜ਼ਿਆਦਾ ਅਪਸੈਟ ਹੁੰਦਾ ਹੈ, ਡਿਪਰੈਸਡ ਹੁੰਦਾ ਹੈ, ਤਾਂ ਉਹ ਖੇੜਾ ਹੀ ਛੁਡਾਉਣਾ ਚਾਹੁੰਦਾ ਹੁੰਦਾ ਹੈ। ਲੇਕਿਨ ਇਸ ਵੇਲੇ ਜਿਹੜੀ ਉਹਦੀ ਇੱਕ ਮੈਨੂੰ ਇੱਕ ਚੀਜ਼ ਜਿਹੜੀ ਪੋਜ਼ਿਟਿਵ ਲੱਗ ਰਹੀ ਹੈ, ਉਹਨੂੰ ਇਹ ਲੱਗ ਰਿਹਾ ਕਿ ਐਟਲੀਸਟ ਕੋਈ ਹੋਰ ਕੁੜੀ ਦੀ ਜ਼ਿੰਦਗੀ ਨਾ ਬਰਬਾਦ ਹੋਵੇ, ਤਾਂ ਉਹ ਸਾਹਮਣੇ ਆ ਰਹੀ ਹੈ, ਮਤਲਬ ਚਾਹੇ ਉਹਦੀਆਂ ਤਸਵੀਰਾਂ ਭੇਜ ਰਹੀ ਹੈ, ਚਾਹੇ ਮੇਰੇ ਜ਼ਰੀਏ ਆ ਰਹੀ ਹੈ ਨਾ, ਜਿਵੇਂ ਵੀ ਆ ਰਹੀ ਹੈ, ਲੇਕਿਨ ਉਹ ਸਾਹਮਣੇ ਆਉਣਾ ਚਾਹੁੰਦੀ ਹੈ, ਤਾਂ ਕਿ ਇਹਦਾ ਚਿਹਰਾ ਹੈ ਜਿਹੜਾ ਉਹ ਸਭ ਦੇ ਸਾਹਮਣੇ ਲਿਆਂਦਾ ਜਾ ਸਕੇ। ਬਾਕੀ ਹੋਰ ਜਿਹੜੇ ਕੇਸਿਸ ਹੈ, ਅਗਰ ਉਹ ਕੁੜੀਆਂ ਐਗਰੀ ਕਰਦੀਆਂ ਨੇ ਹੈ ਨਾ, ਉਹਨਾਂ ਚੋਂ ਕੋਈ ਕੁੜੀ ਹੈ ਜਿਹੜਾ ਕਹਿੰਦਾ ਕਿ ਇੱਕ ਦੋ ਐਵੇਂ ਦੇ ਕੇਸਿਸ ਆਏ ਨੇ ਜਿਨ੍ਹਾਂ ਨੂੰ ਕਿ ਉਹਨੇ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਕਰਾਊਂਗਾ, ਮੇਰੀ ਤੇ ਇੱਥੇ ਮੈਰਿਜ ਬ੍ਰੇਕਅਪ ਹੋਣ ਵਾਲੀ ਹੈ ਨਾ, ਇਹੋ ਜਿਹਾ ਕੁਛ ਕਹਿ ਕੇ ਵੀ ਮੈਂ ਤੇਰੇ ਨਾਲ ਵਿਆਹ ਕਰਾਊਂਗਾ, ਤਾਂ ਇਨ ਦੈਟ ਕੇਸ ਉਹ ਕੁੜੀਆਂ ਨੂੰ ਲਾਰੇਬਾਜ਼ੀ ਚ ਰੱਖਿਆ ਆ ਤੇ ਫਿਜ਼ੀਕਲ ਹਰਾਸਮੈਂਟ ਵੀ ਹੋਈ ਹੈ, ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਇਹੋ ਜਿਹੀਆਂ ਦੋ ਤਿੰਨ ਕੇਸਿਸ ਉਹ ਕੁਝ ਸਾਹਮਣੇ ਆਏ ਆ, ਅਗਰ ਉਹ ਕੁੜੀਆਂ ਸਾਹਮਣੇ ਆਉਂਦੀਆਂ ਤਾਂ ਕ੍ਰਿਮੀਨਲ ਕੇਸ ਵੀ ਬਣਦਾ ਹੈ। ਜੀ ਜੀ ਬਿਲਕੁਲ। ਤੇ ਪਰ ਇੱਕ ਸਿੰਗਰ ਆ ਜਿਹੜਾ ਇੱਕ ਸਟਾਰਡਮੇ ਮੁੱਦਾ, ਠੀਕ ਹੈ ਇੱਕ ਭਾਵੇਂ ਅੱਜ ਅੰਬਰ ਨੇ ਕੇਸ ਕੀਤਾ, ਪਰ ਹਰਮੀਤ ਜੀ ਹੈ ਤਾਂ ਇਹ ਆਪਸੀ ਸਹਿਮਤੀ ਦੀ ਗੱਲ ਹੀ ਹੈ ਨਾ, ਜਦੋਂ ਸ਼ੁਰੂ ਹੁੰਦੀ ਹੈ ਜਦੋਂ ਕੋਈ ਅਫੇਅਰ ਦੀ ਵੀ ਗੱਲ ਹੈ, ਚਾਹੇ ਉਹ 10 ਜਣਿਆਂ ਨਾਲ ਅਫੇਅਰ ਹੈ, ਤਾਂ ਉਹ ਆਪਸੀ ਇੱਕ ਸਹਿਮਤੀ ਦਾ ਮੁੱਦਾ ਹੀ ਹੈ ਨਾ, ਸਟਾਰਟ ਤਾਂ ਉੱਥੇ ਹੀ ਹੁੰਦਾ ਨਾ, ਚਾਹੇ ਉਹ ਅੰਬਰ ਦਾ ਕੇਸ ਵੀ ਅੱਪੇ ਲੱਗੇ। ਦੇਖੋ ਅੰਬਰ ਵਾਲੇ ਕੇਸ ਚ ਐਵੇਂ ਹੈ ਕਿ ਉਹ ਮੈਰਿਡ ਕਪਲ ਹੈ ਪਹਿਲੀ ਗੱਲ, ਜੀ ਮੈਰਿਡ ਕਪਲ ਦੇ ਵਿੱਚ ਲੇਟਰ ਔਨ ਤੁਹਾਡੀ ਲੜਾਈ ਹੁੰਦੀ ਹੈ ਜਾਂ ਤੁਹਾਡੇ ਕੋਲੇ ਸਾਹਮਣੇ ਕੀ ਆਉਂਦਾ ਹੈ, ਉਹ ਮਤਲਬ ਬਿਲਕੁਲ ਉਹ ਆਮ ਨਾਲੋਂ ਹਟ ਕੇ ਇੱਕ ਮੈਰਿਜ ਰਿਲੇਸ਼ਨਸ਼ਿਪ ਉਹਨੂੰ ਤੁਸੀਂ ਬ੍ਰੇਕ ਕਰਨਾ ਹੈ ਰੱਖਣਾ ਹੈ, ਇਟਸ ਅਪ ਟੂ ਯੂ, ਉਹ ਕਪਲ ਤੇ ਡਿਪੈਂਡ ਕਰਦਾ ਹੁੰਦਾ। ਲੇਕਿਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਨੂੰ ਲੱਗਦਾ ਸ਼ਾਇਦ ਦੂਜੀਆਂ ਕੁੜੀਆਂ ਬਾਰੇ ਗੱਲ ਕਰ ਰਹੇ ਹੋ ਕਿ ਉਹ ਜੀ ਸਹਿਮਤੀ ਹੋ ਸਕਦੀ ਹੈ ਜਾਂ ਇਹੋ ਜਿਹਾ ਕੁਛ ਹੋ ਸਕਦਾ ਹੈ ਨਾ। ਜੀ ਤਾਂ ਦੇਖੋ ਸਭ ਤੋਂ ਪਹਿਲਾਂ ਜਦੋਂ ਕੋਈ ਵੀ ਇੱਕ ਆਰਟਿਸਟ ਹੁੰਦਾ ਹੈ ਨਾ, ਉਹ ਇੱਕ ਰਿਸਪੋਂਸੀਬਲ ਇਨਸਾਨ ਹੁੰਦਾ ਹੈ, ਮਤਲਬ ਅਸੀਂ ਇਹ ਗੱਲ ਅਕਸਰ ਹੀ ਸੁਣਦੇ ਹਾਂ ਵੀ ਤੁਸੀਂ ਸਾਡਾ ਯੂਥ ਕਿਵੇਂ ਦਾ ਹੋਊਗਾ, ਉਹ ਗਾਣੇ ਕਿਵੇਂ ਦੇ ਸੁਣਦਾ, ਇਸ ਚੀਜ਼ ਤੋਂ ਤੈਅ ਕੀਤਾ ਜਾਂਦਾ ਹੈ ਕਿ ਸਾਡਾ ਸਾਡੀ ਪੀੜ੍ਹੀ ਜਿਹੜੀ ਹੈ ਅੱਗੋਂ ਕਿਹੋ ਜਿਹਾ ਸਿਰਜੂਗੀ ਹੈ ਨਾ, ਭਵਿੱਖ ਸਿਰਜੂਗੀ। ਤਾਂ ਅਗਰ ਸਾਡੇ ਕੋਲ ਉਹ ਕਿਹੋ ਜਿਹੇ ਗਾਣੇ ਗਾਉਂਦਾ, ਐਕਚੁਅਲੀ ਮੈਂ ਤਾਂ ਸੁਣਿਆ ਹੀ ਨਹੀਂ ਸੀ, ਮੈਂ ਤਾਂ ਲੇਟਰ ਔਨ ਜਦੋਂ ਮੇਰੇ ਕੋਲੇ ਇਹ ਕੇਸ ਆਇਆ ਉਸ ਤੋਂ ਬਾਅਦ ਮੈਂ ਉਹਦੇ ਬਾਅਦ ਉਹਨੂੰ ਥੋੜਾ ਜਿਹਾ ਸੁਣਿਆ, ਤੇ ਮੈਨੂੰ ਉਹਦੇ ਗਾਣਿਆਂ 'ਚ ਵੀ ਕੋਈ ਬੜਾ ਤੱਤ ਨਹੀਂ ਲੱਗਿਆ, ਕੋਈ ਐਵੇਂ ਹਥਿਆਰਾਂ ਹਥੂਰਾਂ ਵਾਲੇ ਹੀ ਗਾਣੇ ਹੈ ਨਾ, ਜੀ ਉਹ ਜਿਹੜੇ ਯੂਥ ਨੂੰ ਭਟਕਾਉਣ ਵਾਲੇ ਹੀ ਲੱਗਦੇ ਆ। ਔਰ ਉਸ ਸੀਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਉਹ ਕੁੜੀਆਂ ਜਿਹੜੀਆਂ ਨੇ ਤਕਰੀਬਨ ਬਹੁਤੀਆਂ ਯੂਥ ਦੇ ਨਾਲ ਹੀ ਉਸ ਏਜ ਗਰੁੱਪ ਚੋਂ ਲੰਘ ਰਹੀਆਂ ਨੇ, ਤਾਂ ਉਹ ਇਸ ਚੀਜ਼ ਨੂੰ ਡਿਫਰੈਂਸ਼ੀਏਟ ਨਹੀਂ ਕਰ ਪਾ ਰਹੀਆਂ। ਉਹਦੇ 'ਚ ਬੇਸ਼ੱਕ ਸਹਿਮਤੀ ਹੈ, ਆਈ ਐਗਰੀ, ਕਿਉਂਕਿ ਸਾਡੇ ਤੱਕ ਉਹ ਸਹਿਮਤੀ ਨਾਲ ਹੀ ਚੀਜ਼ ਸ਼ੁਰੂ ਹੁੰਦੀ ਹੈ। ਲੇਕਿਨ ਬੀਂਗ ਅ ਰਿਸਪੋਂਸੀਬਲ ਪਰਸਨ, ਜਦੋਂ ਤੁਸੀਂ ਇੱਕ ਆਰਟਿਸਟ ਹੁੰਦੇ ਹੋ, ਤੁਸੀਂ ਇੱਕ ਪੂਰੀ ਆਰਟਿਸਟ ਕਲਾਸ ਨੂੰ ਜਿਹੜੀ ਆ ਰਿਪ੍ਰੈਜੈਂਟ ਕਰ ਰਹੇ ਹੁੰਦੇ ਹੋ, ਨਾ ਕਿ ਇੱਕ ਪਰਟੀਕੁਲਰ ਬੰਦੇ ਨੂੰ, ਤੁਹਾਡੀ ਉੱਥੇ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਤੁਸੀਂ ਕੀ ਸਮਾਜ ਨੂੰ ਦੇ ਰਹੇ ਹੋ, ਤੁਹਾਡੀ ਦੇਣ ਕੀ ਹੈ, ਔਰ ਉਹ ਸਮਾਜ ਸਿਰਫ ਪੈਸਾ ਇਕੱਠਾ ਕਰਨਾ ਤੁਹਾਡੀ ਖੁਆਹਿਸ਼ ਹੈ, ਜਾਂ ਤੁਸੀਂ ਉਸ ਚੀਜ਼ ਨੂੰ ਸਮਾਜ ਦੇ ਲਈ ਸਮਰਪਿਤ ਕੁਛ ਕਰਨਾ ਚਾਹ ਰਹੇ ਹੋ, ਔਰ ਉਸ ਬੰਦੇ ਉਸ ਚੀਜ਼ ਦੇ ਵਿੱਚ ਇਹ ਬੰਦਾ ਕੰਪਲੀਟਲੀ ਫੇਲ ਹੋਇਆ ਹੈ ਨਾ। ਦੂਜੀ ਗੱਲ ਇਹ ਹੈ ਕਿ ਸਹਿਮਤੀ ਹੈ, ਠੀਕ ਹੈ, ਆਈ ਐਗਰੀ, ਬਟ ਅਪ ਟੂ ਸਮ ਐਕਸਟੈਂਟ ਸਹਿਮਤੀ ਇੱਕ ਨਾਲ ਹੋ ਸਕਦੀ ਹੈ, ਦੋ ਨਾਲ ਹੋ ਸਕਦੀ ਹੈ, 15-20 ਕੁੜੀਆਂ ਨਾਲ ਤਾਂ ਨਹੀਂ ਨਾ ਹੋ ਸਕਦੀ ਜੀ। ਅਗਰ ਉਹ 15-20 ਕੁੜੀਆਂ ਹੈ, ਤਾਂ ਇਹਦਾ ਮਤਲਬ ਇਹ ਉਹਨਾਂ ਨੂੰ ਕਿਸੇ ਤਰੀਕੇ ਇਹੋ ਜਿਹਾ ਹਿਪਨੋਟਾਈਜ਼ ਕਰਦਾ, ਭਰਮਾਉਂਦਾ ਆ ਕਿ ਉਹ ਕੁੜੀਆਂ ਆਪਦੀ ਏਜ ਕਰਕੇ ਲਾ ਲਓ ਜਾਂ ਸਟਾਰਡਮ ਕਰਕੇ ਉਸ ਚੀਜ਼ ਤੇ ਉਹ ਮੈਂ ਕਹਿ ਸਕਦੀ ਹਾਂ ਕਿ ਭਾਵੁਕ ਹੋ ਗਈਆਂ ਹੈ ਨਾ, ਇਹੋ ਜਿਹਾ ਕੁਛ ਮਤਲਬ ਕਹਿ ਕਿਹਾ ਜਾ ਸਕਦਾ। ਠੀਕ ਹੈ, ਉਹ ਲੇਟਰ ਔਨ ਉਸ ਚੀਜ਼ ਨੂੰ ਰੇਪ ਦੇ ਵਿੱਚ ਨਹੀਂ ਕਹਿ ਸਕਦੇ ਹੁੰਦੇ, ਲੇਕਿਨ ਅਗਰ ਕਿਸੇ ਨਾਲ ਧੱਕੇ ਨਾਲ ਜਾਂ ਧੋਖੇ ਨਾਲ ਕੀਤਾ, ਦੈਟ ਕੈਨ ਬੀ ਕਾਊਂਟਡ ਐਜ਼ ਅ ਰੇਪ। ਜੀ ਬਹੁਤ ਬਹੁਤ ਸ਼ੁਕਰੀਆ ਹਰਮੀਤ ਜੀ, ਤੁਹਾਡਾ ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਜੀ।